ਪੰਜਾਬੀ ਰੀਡਰ 7A 2019 ਐਡੀਸ਼ਨ ਲੈਸਨ 8 ਵਿੱਚ ਤੁਹਾਨੂੰ ਜੀ ਆਇਆਂ ਨੂੰ ਅਸੀਂ ਪਿੱਛੇ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਪੜ ਰਹੇ ਹਾਂ ਜਦ ਉਹ ਬਗਦਾਦ ਦੇ ਬਹਿਲੋਲ ਸ਼ਾਹ ਨੂੰ ਮਿਲੇ ਪੀਰ ਨੂੰ ਮਿਲੇ ਤਾਂ ਪੀਰ ਜੀ ਉਹਨਾਂ ਨੂੰ ਪ੍ਰਸ਼ਨ ਪੁੱਛਦੇ ਨੇ ਇੱਕ ਪ੍ਰਸ਼ਨ ਨੂੰ ਪੁੱਛਦੇ ਸੀ ਕਿ ਖੁਦਾ ਰਹਿੰਦਾ ਕਿੱਥੇ ਹੈ ਇੱਕ ਪ੍ਰਸ਼ਨ ਉਹਨਾਂ ਨੇ ਪੁੱਛਿਆ ਸੀ ਖੁਦਾ ਤੋਂ ਪਹਿਲਾਂ ਕੀ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਜਵਾਬ ਦਿੱਤੇ ਜਿਨ੍ਹਾਂ ਦੇ ਜਵਾਬ ਪੀਰ ਦਸਗੀਰ ਨੂੰ ਚੰਗੇ ਲੱਗੇ ਅੱਜ ਪੀਰ ਦਸਗੀਰ ਤੀਸਰਾ ਸਵਾਲ ਪੁੱਛ ਰਹੇ ਨੇ ਤੇ ਇਹ ਇੱਕ ਸਾਖੀ ਸੰਤ ਮਸਕੀਨ ਜੀ ਦੀ ਕਥਾ ਤੇ ਅਧਾਰਤ ਹੈ ਜੋ ਮੈਂ ਸੁਣੀ ਤੇ ਮੈਨੂੰ ਚੰਗੀ ਲੱਗੀ ਤੇ ਉਹਦੇ ਤੋਂ ਮੈਂ ਫਿਰ ਇਹ ਸਾਖੀ ਲਿਖੀ ਪੀਰ ਦਸਗੀਰ ਨੂੰ ਖੁਦਾ ਤੋਂ ਪਹਿਲਾਂ ਕੀ ਸੀ ਅਤੇ ਖੁਦਾ ਰਹਿਦਾ ਕਿੱਥੇ ਹੈ ਦਾ ਜਵਾਬ ਪਸੰਦ ਆਇਆ ਹੁਣ ਉਸ ਦਾ ਤੀਸਰਾ ਸਵਾਲ ਸੀ ਕੀਰ ਜੀ ਮੇਰਾ ਤੀਸਰਾ ਸਵਾਲ ਹੈ ਕਿ ਖੁਦਾ ਕਰਦਾ ਕੀ ਹੈ ਕੁਝ ਕਰਦਾ ਵੀ ਹੈ ਕਿ ਵਿਹਲਾ ਬੈਠਾ ਰਹਿੰਦਾ ਹੈ ਪੀਰ ਦਸਤਗੀਰ ਜੀ ਇਸ ਦਾ ਜਵਾਬ ਸੁਣਨ ਲਈ ਤੁਹਾਨੂੰ ਆਪਣੇ ਆਸਨ ਤੋਂ ਹੇਠਾਂ ਉਤਰਨਾ ਪਵੇਗਾ ਤੇ ਮੈਨੂੰ ਤੁਹਾਡੇ ਤਖਤ ਤੇ ਜਾਣਾ ਪਵੇਗਾ ਗੁਰੂ ਜੀ ਬੋਲੇ ਸੋ ਥਿਸ ਇਜ਼ ਆਸਨ ਦਾ ਥਰੋਨ ਦਾ ਤਖਤ ਪੀਰ ਦਸਤਗੀਰ ਗੁਰੂ ਜੀ ਦੇ ਪਹਿਲੇ ਬਚਨਾਂ ਤੋਂ ਬਹੁਤ ਖੁਸ਼ ਸੀ ਔਰ ਆਪਣੇ ਤਖਤ ਤੋਂ ਉੱਠ ਕੇ ਥੱਲੇ ਆ ਗਿਆ ਤੇ ਗੁਰੂ ਜੀ ਉਸ ਦੇ ਤਖਤ ਉੱਤੇ ਬੈਠ ਗਏ ਅੱਖਾਂ ਬੰਦ ਕਰ ਲਈਆਂ ਸ਼ਾਂਤ ਹੋ ਕੇ ਤਖਤ ਤੇ ਬੈਠੇ ਰਹੇ ਸਭ ਲੋਕ ਦੇਖ ਰਹੇ ਸਨ ਪੀਰ ਨੇ ਕੁਝ ਮਿੰਟ ਉਡੀਕਿਆ ਗੁਰੂ ਜੀ ਕੁਝ ਨਾ ਬੋਲੇ ਪੀਰ ਨੇ ਫਿਰ ਪੁੱਛਿਆ ਫਕੀਰ ਜੀ ਮੇਰੇ ਸਵਾਲ ਦਾ ਜਵਾਬ ਦਿਓ ਖੁਦਾ ਕਰਦਾ ਕੀ ਹੈ ਗੁਰੂ ਜੀ ਨੇ ਕਿਹਾ ਪੀਰ ਜੀ ਕੀ ਤੁਸੀਂ ਦੇਖਿਆ ਕਿ ਇੱਥੇ ਕੀ ਹੋਇਆ ਹੈ ਤਾਨੂੰ ਸਮਝ ਨਹੀਂ ਆਈ ਕਿ ਖੁਦਾ ਕੀ ਕਰਦਾ ਹੈ ਫਕੀਰ ਜੀ ਤੁਸੀਂ ਤਾਂ ਕੁਝ ਬੋਲਿਆ ਹੀ ਨਹੀਂ ਤੁਸੀਂ ਤਾਂ ਕੁਝ ਦੱਸਿਆ ਹੀ ਨਹੀਂ ਕਿ ਖੁਦਾ ਕੀ ਕਰਦਾ ਹੈ ਫਿਰ ਮੈਂ ਕੀ ਸਮਝਾਂ ਪੀਰ ਬੋਲਿਆ ਪੀਰ ਜੀ ਖੁਦਾ ਇਹ ਹੀ ਕੁਝ ਕਰਦਾ ਹੈ ਤਖਤ ਤੇ ਬੈਠਿਆਂ ਨੂੰ ਥੱਲੇ ਉਤਾਰ ਦਿੰਦਾ ਹੈ ਤੇ ਫਕੀਰਾਂ ਨੂੰ ਤਖਤ ਤੇ ਬਿਠਾ ਦਿੰਦਾ ਹੈ ਤੁਸੀਂ ਇੱਥੇ ਬੈਠੇ ਸੀ ਤੇ ਮੈਂ ਉੱਥੇ ਜਿੱਥੇ ਤੁਸੀਂ ਹੁਣ ਖੜੇ ਹੋ ਮੈਂ ਤੁਹਾਡੇ ਤਖਤ ਤੇ ਬੈਠਾ ਹਾਂ ਤੇ ਤੁਸੀਂ ਮੇਰੀ ਥਾਂ ਤੇ ਖੜੇ ਹੋ ਪੀਰ ਦਸਤਗਿਰ ਸਮਝ ਗਿਆ ਸੀ ਕਿ ਉਹ ਸੱਚਮੁੱਚ ਰੱਬ ਦੇ ਬੰਦੇ ਹਨ ਉਸ ਨੇ ਗੁਰੂ ਨਾਨਕ ਦੇਵ ਜੀ ਦਾ ਬਹੁਤ ਆਦਰ ਸਨਮਾਨ ਕੀਤਾ ਉਸ ਨੂੰ ਗੁਰੂ ਜੀ ਨਾਲ ਬਹੁਤ ਪਿਆਰ ਹੋ ਗਿਆ ਪੀਰ ਨੇ ਗੁਰੂ ਜੀ ਨੂੰ 17 ਦਿਨ ਆਪਣੇ ਕੋਲ ਰੱਖਿਆ ਅਤੇ ਉਹਨਾਂ ਦੀ ਸੇਵਾ ਕੀਤੀ ਕੀ ਤੁਹਾਨੂੰ ਸਮਝ ਆਈ ਕਿ ਗੁਰੂ ਜੀ ਨੇ ਪੀਰ ਦੇ ਸਵਾਲ ਦਾ ਜਵਾਬ ਦੇ ਕੇ ਸਾਨੂੰ ਕੀ ਸਨੇਹਾ ਦਿੱਤਾ ਗੁਰੂ ਜੀ ਕਹਿ ਰਹੇ ਸਨ ਰੱਬ ਸਭ ਕੁਝ ਕਰ ਸਕਦਾ ਹੈ ਜਿਉ ਅਸੀਂ ਸੋਚ ਵੀ ਨਹੀਂ ਸਕਦੇ ਉਹ ਵੀ ਰੱਬ ਕਰ ਸਕਦਾ ਹੈ ਕਿਵੇਂ ਗੁਰੂ ਜੀ ਨੇ ਪੀਰ ਨੂੰ ਉਸ ਦੇ ਤਖਤ ਤੋਂ ਹੀ ਉਤਾਰ ਦਿੱਤਾ ਅਤੇ ਆਪ ਬੈਠ ਗਏ ਪੀਰ ਨੂੰ ਇਸ ਗੱਲ ਦਾ ਖਿਆਲ ਵੀ ਨਾ ਆਇਆ ਕਿ ਗੁਰੂ ਜੀ ਕੀ ਕਰ ਰਹੇ ਹਨ ਗੁਰੂ ਜੀ ਦਾ ਲੋਕਾਂ ਨੂੰ ਸਿਖਾਉਣ ਦਾ ਤਰੀਕਾ ਅਨੋਖਾ ਸੀ ਉਹ ਦੱਸਦੇ ਨਹੀਂ ਸਨ ਉਹ ਕਰਕੇ ਦਿਖਾ ਦਿੰਦੇ ਸਨ ਬਗਦਾਦ ਵਿੱਚ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਮੁਹਾਵਰੇ ਜਾਂ ਲੋਕ ਕਹਾਵਤਾਂ ਪ੍ਰਚਲਿਤ ਹਨ ਤੇ ਇਹ ਮੁਹਾਵਰੇ ਮੈਂ ਗੁਰਵਿੰਦਰ ਸਿੰਘ ਰੱਤਕ ਦੀ ਕਥਾ ਤੋਂ ਵਿੱਚ ਸੁਣੀਆ ਤੇ ਮੈਂ ਲਿਖੀਆ ਮੈਨੂੰ ਚੰਗੀਆਂ ਲੱਗੀਆਂ ਇਤਨਾ ਪਾਬਾ ਨਾਨਕ ਜੇ ਕੋਈ ਬਹੁਤ ਵੱਡੀਆਂ ਗੱਲਾਂ ਕਰੇ ਤਾਂ ਲੋਕ ਉਸ ਨੂੰ ਕਹਿੰਦੇ ਹਨ ਇਤਨਾ ਪਾਬਾ ਨਾਨਕ ਇਸ ਦਾ ਮਤਲਬ ਹੈ ਤੁੰ ਕੋਈ ਬਾਬਾ ਨਾਨਕ ਹੈ ਜੋ ਸਭ ਕੁਝ ਜਾਣਦਾ ਹੈ ਨੰਬਰ 2 ਅਬਾਲਕ ਬਾਬਾ ਨਾਨਕ ਇਸ ਦਾ ਮਤਲਬ ਹੈ ਤੂੰ ਕੋਈ ਬਾਬਾ ਨਾਨਕ ਨਹੀਂ ਜੋ ਤੈਨੂੰ ਸਭ ਕੁਝ ਪਤਾ ਹੋਵੇ ਨੰਬਰ 3 ਅਨਾਮੂ ਬਾਬਾ ਨਾਨਕ ਇਸ ਦਾ ਮਤਲਬ ਹੈ ਮੈਂ ਬਾਬਾ ਨਾਨਕ ਨਹੀਂ ਆ ਜੋ ਮੈਨੂੰ ਸਭ ਕੁਝ ਪਤਾ ਹੋਵੇ ਸੋ ਇਹਨਾਂ ਨੂੰ ਤਾਂ ਸਾਨੂੰ ਪਤਾ ਲੱਗਦਾ ਕਿ ਗੁਰੂ ਨਾਨਕ ਦੇਵ ਜੀ ਕਿੰਨੇ ਸਿਆਣੇ ਸਨ ਕਿੰਨੀ ਉਹਨਾਂ ਨੂੰ ਨੌਲੇਜ ਸੀ ਕਿੰਨਾ ਉਹਨਾਂ ਨੂੰ ਪਤਾ ਸੀ ਕਿੰਨੇ ਉਹ ਰੱਬ ਦੇ ਪਿਆਰੇ ਬਖਸ਼ੇ ਹੋਏ ਸੀ ਇਸ ਸਾਖੀ ਦੇ ਵਿੱਚ ਟੋਟਲ ਸ਼ਬਦ 475 ਨੇ ਤੇ ਜੇ ਤੁਸੀਂ 70 80 ਸ਼ਬਦ 1 ਮਿੰਟ ਵਿੱਚ ਪੜ ਸਕਦੇ ਹੋ ਤੇ ਤੁਸੀਂ ਇਹ ਸਾਖੀ 6 7 ਮਿੰਟ ਵਿੱਚ ਪੜੋਗੇ ਠੀਕ ਹੈ ਹੁਣ ਤੁਸੀਂ ਇਹਨਾਂ ਵਾਕ ਇਹਨਾਂ ਦੇ ਪ੍ਰਸ਼ਨਾਂ ਦੇ ਜਵਾਬ ਦੇਵੋਗੇ ਇਹਨਾਂ ਸ਼ਬਦਾਂ ਨੂੰ ਆਕਾਮਿਚ ਪੜਤੋ ਬੇਸ਼ੱਕ ਆਦਰਸਨ ਮਾਨ ਬੇਸ਼ੱਕ ਮੀਨਸ ਵਿਦਾਊਟ ਅ ਡਾਊਟ డు ਸਮਥਿੰਗ ਬੇਸ਼ੱਕ ਤੁਸੀਂ आम, खाना खाओ बेशक तुसी टीवी देखो पर घर का काम जरूर करना ठीक है सानू दा आदर सम्मान करना चाहिए है हेटा लिखे प्रश्नों के जवाब दियो ਪੀਰ ਦਾ ਇਸ ਸਵਾਲ ਕੀ ਸੀ ਗੁਰੂ ਜੀ ਨੇ ਇਸ ਸਵਾਲ ਦਾ ਜਵਾਬ ਦੇਣ ਲਈ ਪੀਰ ਨੂੰ ਕੀ ਕਰਨ ਲਈ ਕਿਹਾ ਗੁਰੂ ਨਾਨਕ ਦੇਵ ਜੀ ਨੇ ਪੀਰ ਨੂੰ ਆਸਣ ਤੋਂ ਉਤਾਰ ਕੇ ਕੀ ਸਨੇਹਾ ਦਿੱਤਾ ਗੁਰੂ ਨਾਨਕ ਦੇਵ ਜੀ ਦਾ ਸਿਖਾਉਣ ਦਾ ਤਰੀਕਾ ਅਨੋਖਾ ਕਿਵੇਂ ਸੀ ਤੇ ਇੰਨਾ ਸ਼ਬਦਾਂ ਦੇ ਵਿੱਚ ਇੰਡੀਪੈਂਡੈਂਟ ਮਾਤਰਾ ਨੇ ਇਹਦਾ ਮਤਲਬ ਉਹ ਦੇ ਵਿੱਚ ਊੜਾ ਐੜਾ ਈੜੀ ਹੈਗੇ ਆ ਜਿਨ੍ਹਾਂ ਦੇ ਨਾਲ ਮਾਤਰਾ ਲੱਗੀਆਂ ਹੋਈਆਂ ਤੁਸੀਂ ਉਹਨਾਂ ਨੂੰ ਸਰਕਲ ਕਰਨਾ ਸਾਰਾ ਸ਼ਬਦ ਨਹੀਂ ਜਸਟ ਜਿਹਦੇ ਵਿੱਚ ਊੜਾ ਐੜਾ ਈੜੀ ਹੈਗੇ ਨੇ ਠੀਕ ਹੈ ਸੋ ਇਹਦੇ ਵਿੱਚ ਊੜਾ ਹੈਗਾ ਇਹਦੇ ਵਿੱਚ ਨਹੀਂ ਹੈ ਇਹਦੇ ਵਿੱਚ ਵੀ ਨਹੀਂ ਹੈ ਇਹਦੇ ਵਿੱਚ ਐੜਾ ਹੈਗਾ ਇਹਦੇ ਵਿੱਚ ਐੜਾ ਹੈਗਾ ਐੜਾ ਊੜਾ ਠੀਕ ਹੈ ਸੋ ਇਹ ਤੁਸੀਂ ਕਰੋਗੇ ਇੰਡੀਪੈਂਡੈਂਟ ਮਾਤਰਾ ਕਿਉਂ ਇੰਡੀਪੈਂਡੈਂਟ ਮਾਤਰਾ ਸਿੱਖਨੇ ਜ਼ਰੂਰੀ ਨੇ ਤਾਂ ਕਿ ਤੁਹਾਡੇ ਸਪੈਲਿੰਗ ਠੀਕ ਹੋ ਜਾਣ ਤਾਂ ਕਿ ਤੁਹਾਨੂੰ ਪੰਜਾਬੀ ਚੰਗੀ ਪੜਨੀ ਆਏ ਤੇ ਇਹ ਮੁਹਾਵਰਤਾਂ ਮੁਹਰ ਨੇ ਮੁਹਰ ਮੁਹਾਵਰੇ ਨੇ ਜਿਹੜੇ Idioms ਜਿਹੜੇ ਉੱਥੇ ਬਗਦਾਦ ਵਿੱਚ ਚੱਲਦੇ ਨੇ ਤਾਂ ਇਹਨਾਂ ਨੂੰ ਤੁਸੀਂ ਮਿਲਾਓਗੇ கரੈਕਟ ਦੇ ਨਾਲ ਇਤਨਾ ਬਾਬਾ ਨਾਨਕ ਦਾ ਮਤਲਬ ਹੈ ਤੂੰ ਕੋਈ ਬਾਬਾ ਨਾਨਕ ਹੈ ਜੋ ਸਭ ਕਾ ਸਭ ਕੁਝ ਜਾਣਦਾ ਹੋਵੇ ਉਸ ਇੱਕ ਰੱਬ ਤੋਂ ਪਹਿਲਾਂ ਕੁਝ ਵੀ ਨਹੀਂ ਰੱਬ ਹੀ ਸਭ ਦੀ ਸ਼ੁਰੂਆਤ ਹੈ ਤਖਤ ਤੇ ਬੈਠਿਆਂ ਨੂੰ ਥੱਲੇ ਉਤਾਰ ਦਿੰਦਾ ਹੈ ਤੇ ਫਕੀਰਾਂ ਨੂੰ ਤਖਤ ਤੇ ਬਿਠਾ ਦਿੰਦਾ ਹੈ ਗੁਰੂ ਜੀ ਦਾ ਲੋਕਾਂ ਨੂੰ ਸਮਝਾਉਣ ਦਾ ਤਰੀਕਾ ਅਨੋਖਾ ਸੀ ਉਹ ਦੱਸਦੇ ਨਹੀਂ ਸਨ ਉਹ ਕਰਕੇ ਦਿਖਾ ਦਿੰਦੇ ਸਨ ਐਸ ਸਾਰੇ ਸੈਂਟੈਂਸ ਤੁਸੀਂ ਅੱਤੇ ਕਾਪੀ ਕਰੋਗੇ ਠੀਕ ਹੈ ਸੋ ਇਹਦੇ ਨਾਲ ਤੁਹਾਡੀ ਰਾਈਟਿੰਗ ਦੀ ਪ੍ਰੈਕਟਿਸ ਹੋ ਜਾਏਗੀ ਤੁਹਾਡੀ ਰੀਡਿੰਗ ਦੀ ਪ੍ਰੈਕਟਿਸ ਹੋ ਜਾਏਗੀ ਐਂਡ ਯੂ विल ਬਿਕਮ ਅਮੇজিং ਪੰਜਾਬੀ ਰੀਡਰ ਐਂਡ ਦੈਟਸ ਦ ਗੋਲ ਠੀਕ ਹੈ ਸੋ ਆਈ ਵਿਲ ਸੀ ਯੂ ਇਨ ਦ ਨੈਕਸਟ ਲੈਸਨ ਅੰਟਿਲ ਦੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ